ਪਹਿਲਾਂ ਅੱਜ ਚੰਡੀਗੜ੍ਹ ਦੇ ਮੀਡੀਆ ਦਾ ਅਸੀਂ ਥੈਂਕ ਯੂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਸਾਡੇ ਛੋਟੇ ਜਿਹੇ ਸੱਦੇ 'ਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ। ਅੱਜ ਦੀ ਪ੍ਰੈਸ ਜਿਹੜੀ ਮਿਲਣੀ ਹੈ, ਪ੍ਰੈਸ ਜਿਹੜੀ ਕਾਨਫਰੰਸ ਹੈ, ਇਹਦੇ ਵਿੱਚ ਸਾਡੇ ਨਾਲ ਫੈਰੀ ਸੋਫਟ ਜੀ ਜਿਹੜੇ ਐਡਵੋਕੇਟ ਸਾਹਿਬ ਨੇ, ਜਿਹੜੇ ਇਸ ਕੇਸ ਨੂੰ ਸ਼ੁਰੂ ਤੋਂ ਦੇਖ ਰਹੇ ਨੇ, ਉਹ ਸਾਡੇ ਨਾਲ ਰਹਿਣਗੇ ਅਤੇ ਸਾਡੇ ਡਿਫਰੈਂਟ ਏਰੀਆਜ਼ ਦੇ ਸਾਡੇ ਕੌਂਸਲਰਸ ਔਰ ਸਾਡੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਪ੍ਰੈਸ ਮਿਲਣੀ ਸਾਡੇ ਨਾਲ ਰਹੀ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਜਿਹੜਾ ਹੈ ਕਿ ਜਿਹੜੇ ਤੁਸੀਂ ਵੀਡੀਓਜ਼ ਦੇਖ ਰਹੇ ਹੋ ਕੱਲ੍ਹ ਤੋਂ ਵਾਇਰਲ ਹੋ ਰਹੇ ਨੇ ਹਰ ਇੱਕ ਚੈਨਲ ਦੇ ਉੱਤੇ ਕਿ ਕਿਸ ਹਿਸਾਬ ਨਾਲ ਨਗਰ ਨਿਗਮ ਦੇ ਦਫ਼ਤਰ ਦੇ ਅੰਦਰ ਜਿਹੜਾ 30 ਤਰੀਕ ਨੂੰ ਇਲੈਕਸ਼ਨ ਹੋਇਆ ਔਰ ਅਨਿਲ ਮਸੀਹ ਨਾਮ ਦਾ ਜਿਹੜਾ ਪ੍ਰਸਾਈਡਿੰਗ ਆਫਿਸਰ ਕਿਹਾ ਜਾਂਦਾ ਉਹ ਬੇਸਿਕਲੀ ਹੈ ਕੌਣ? ਉਹਦਾ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਨਾਲ ਕੀ ਰਿਸ਼ਤਾ? ਉਹ ਇੱਕ ਨੋਮੀਨੇਟਡ ਕੌਂਸਲਰ ਹੈ, ਭਾਰਤੀ ਜਨਤਾ ਪਾਰਟੀ ਦੇ ਉਹ ਜਨਰਲ ਸੈਕਟਰੀ ਨੇ ਮਿਨੋਰਟੀ ਵਿੰਗ ਦੇ, ਉਹਨਾਂ ਨੂੰ ਕੌਂਸਲਰ ਨੂੰ ਪ੍ਰਸਾਈਡਿੰਗ ਆਫਿਸਰ ਬਣਾਇਆ ਗਿਆ ਔਰ ਪ੍ਰਸਾਈਡਿੰਗ ਆਫਿਸਰ ਨੇ ਇਲੈਕਸ਼ਨ ਦੇ ਅੰਦਰ, ਸਭ ਤੋਂ ਡੈਮੋਕ੍ਰੇਸੀ ਦੇ ਅੰਦਰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇਲੈਕਸ਼ਨ। ਇੱਕ ਕਹਿ ਲਓ ਵੀ 5 ਸਾਲ ਬਾਅਦ ਕਦੀ ਇਲੈਕਸ਼ਨ ਆਉਂਦਾ, ਕਦੀ ਸਾਲ ਬਾਅਦ ਆਉਂਦਾ, ਪਰ ਇਲੈਕਸ਼ਨ ਜਿਹੜਾ ਹੈ ਨਾ ਉਹ ਅਸਲੀ ਤੱਤ ਹੈ ਹਰ ਇੱਕ ਚੀਜ਼ ਦਾ। ਜਿਹੜੇ ਵੀ ਕੌਂਸਲਰ ਚੁਣੇ ਜਾਂਦੇ ਆ ਉਹ ਇਲੈਕਸ਼ਨ ਥਰੂ ਚੁਣੇ ਜਾਂਦੇ ਔਰ ਸ਼ੁਰੂ ਤੋਂ ਇਹ ਗੱਲਾਂ ਚੱਲਦੀਆਂ ਸੀਗੀਆਂ ਕਿ EVM ਦੇ ਅੰਦਰ ਹੇਰਾਫੇਰੀ ਹੁੰਦੀ ਔਰ EVM ਦੇ ਅੰਦਰ ਜਿਹੜੀ ਹੇਰਾਫੇਰੀ ਹੁੰਦੀ ਅੱਜ ਤੱਕ ਉਹਦਾ ਕੋਈ ਸਾਡੇ ਕੋਲ ਕਲੀਅਰ ਐਵੀਡੈਂਸ ਨਹੀਂ ਸੀਗਾ, ਪਰ ਮੇਅਰ ਇਲੈਕਸ਼ਨ ਦੇ ਅੰਦਰ ਇਹ ਚੀਜ਼ ਬੜੀ ਕਲੀਅਰ ਹੋਈ ਕਿ ਜਿਹੜਾ ਪ੍ਰਸਾਈਡਿੰਗ ਆਫਿਸਰ ਜਿਹਨੂੰ ਕਿਹਾ ਗਿਆ, ਰਿਟਰਨਿੰਗ ਆਫਿਸਰ ਜਿਹਨੂੰ ਕਿਹਾ ਜਾ ਰਿਹਾ, ਅਨਿਲ ਮਸੀਹ ਜੀ ਜਿਹੜੇ ਕਿ ਇੱਕ ਨੋਮੀਨੇਟਡ ਕੌਂਸਲਰ ਵੀ ਸੀਗੇ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਸੀਗੇ, ਉਹਨਾਂ ਨੇ ਬੈਲਟ ਪੇਪਰ, ਇਹ ਬੈਲਟ ਪੇਪਰ ਇੱਦਾਂ ਦਾ ਸੀਗਾ ਜੀ, ਇੱਕ ਸੈਂਪਲ ਬੈਲਟ ਪੇਪਰ ਅਸੀਂ ਲੈ ਕੇ ਆਏ ਹਾਂ ਕਿ ਬੈਲਟ ਪੇਪਰ 'ਚ ਲਿਖਿਆ ਹੋਇਆ ਸੀਗਾ ਬੈਲਟ ਪੇਪਰ ਫੋਰ ਇਲੈਕਸ਼ਨ ਆਫ ਮੇਅਰ ਔਰ ਇਸ ਬੈਲਟ ਪੇਪਰ 'ਚ ਉੱਪਰ ਨਾਮ ਲਿਖਿਆ ਹੋਇਆ ਸੀ ਕੁਲਦੀਪ ਕੁਮਾਰ ਜੀ ਜਿਹੜੇ ਸਾਡੇ ਨਾਲ ਖੜ੍ਹੇ ਨੇ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ, ਇਹਨਾਂ ਦਾ ਨਾਮ ਉੱਪਰ ਸੀਗਾ ਔਰ ਥੱਲੇ ਜਿਹੜਾ ਨਾਮ ਸੀਗਾ ਇਹ ਮਨੋਜ ਸੋਨਕਰ ਦਾ ਸੀਗਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀ। ਸੁਪਰੀਮ ਕੋਰਟ ਨੇ, ਚੀਫ ਜਸਟਿਸ ਨੇ ਇੱਕ ਗੱਲ ਬੜੀ ਕਲੀਅਰਲੀ ਕਹੀ ਕਿ ਜਦ ਤਾਂ ਉੱਪਰ ਵੋਟ ਪਈ ਹੁੰਦੀ ਸੀਗੀ ਉਹਨੂੰ ਉਹ ਡਿਸਟਰਬ ਕਰ ਦਿੰਦੇ ਸੀ ਸਾਈਨ ਕਰਨ ਤੋਂ ਬਾਅਦ ਔਰ ਜਦ ਥੱਲੇ ਵੋਟ ਪਈ ਹੁੰਦੀ ਸੀ ਤਦ ਉਹ ਡਿਸਟਰਬ ਨਹੀਂ ਕਰਦੇ ਸੀ। ਇਹ ਸਾਰੀ ਚੀਜ਼ਾਂ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਕੈਮਰੇ ਦੇ ਥਾਨੀ ਸਾਰੀ ਚੀਜ਼ਾਂ ਰਿਕਾਰਡ ਹੋ ਗਈਆਂ, ਜਿਹੜੀਆਂ ਕਿ ਤੁਸੀਂ ਪਹਿਲੇ ਦਿਨ ਵੀ ਦੇਖੀ 30 ਤਰੀਕ ਨੂੰ ਵੀ ਔਰ ਜਿਹੜੀ ਕੱਲ੍ਹ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ। ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਨੇ, ਕਿਉਂਕਿ ਸਾਡੇ ਐਡਵੋਕੇਟ ਸਾਹਿਬ ਉੱਥੇ ਹੀ ਸੀਗੇ, ਉਹਨਾਂ ਨੇ ਅੰਦਰ ਜਿਹੜੀ ਗੱਲਾਂ ਕਹੀਆਂ ਉਹ ਸਾਡੇ ਐਡਵੋਕੇਟ ਸਾਹਿਬ ਦੱਸਣਗੇ, ਪਰ ਮੈਂ ਤੁਹਾਨੂੰ 2-3 ਵੀਡੀਓਜ਼ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨਾ ਚਾਹਾਂਗਾ ਕਿ ਬੜੀ ਕਲੀਅਰਲੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਹੀਂ ਜੀ ਆਮ ਆਦਮੀ ਪਾਰਟੀ ਨੂੰ ਅਤੇ ਉਹਨਾਂ ਨੂੰ ਵੋਟਾਂ ਨਹੀਂ ਪਈਆਂ। ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਵਾਰ ਵਾਰ ਕਿ ਉਹਨਾਂ ਨੂੰ ਵੋਟਾਂ ਹੀ ਨਹੀਂ ਪਈਆਂ। ਉਸ ਤੋਂ ਬਾਅਦ ਜਦ ਵੋਟਾਂ ਕਲੀਅਰ ਹੋ ਗਈਆਂ ਵੀ 20 ਵੋਟਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਕੁਮਾਰ ਮੇਅਰ ਕੈਂਡੀਡੇਟ ਨੂੰ ਪਈਆਂ, ਉਸ ਤੋਂ ਬਾਅਦ ਉਹਨਾਂ ਨੇ ਨਵੀਂ ਕਹਾਣੀ ਸ਼ੁਰੂ ਕਰਤੀ, ਨਹੀਂ ਜੀ ਉਸ 'ਚ ਲਾਈਨਾਂ ਲੱਗੀਆਂ ਹੋਈਆਂ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ
ਕਿ ਵੀਡੀਓ ਥਾਈ ਸਭ ਕੁਝ ਕਲੀਅਰ ਦਿਖਦਾ। 11 ਬੈਲਟ ਪੇਪਰ ਜਿਹੜੇ ਸਾਡੇ ਕੌਂਸਲਰ ਬੈਲਟ ਪੇਪਰ ਲੈਣ ਜਾਂਦੇ ਸੀਗੇ, ਪਹਿਲੇ 1 ਨੰਬਰ ਕੌਂਸਲਰ ਸਾਡੇ ਜਸਵਿੰਦਰ ਕੌਰ ਮੈਡਮ ਸਾਡੇ ਵਿੱਚ ਨੇ, ਇਹ ਜਦ ਗਏ ਇਹਨਾਂ ਨੇ ਆਪਣਾ ਬੈਲਟ ਪੇਪਰ ਚੈੱਕ ਕੀਤਾ, ਇਹਨਾਂ ਦਾ ਬੈਲਟ ਪੇਪਰ ਕਲੀਅਰ ਸੀਗਾ। ਉਸ ਤੋਂ ਬਾਅਦ 4 ਨੰਬਰ ਵਾਰਡ ਤੋਂ ਸੁਮਨ ਮੈਡਮ ਜਦ ਗਈ ਹੈ, ਇਹਨਾਂ ਨੇ ਬੈਲਟ ਪੇਪਰ ਦੇਖਿਆ ਤੇ ਇਹਨਾਂ ਦੇ ਬੈਲਟ ਪੇਪਰ ਦੇ ਉੱਤੇ ਆਲਰੇਡੀ ਟਿੱਕ ਲੱਗੇ ਹੋਏ ਸੀ, ਇਹਨਾਂ ਨੇ ਆਪਣਾ ਬੈਲਟ ਪੇਪਰ ਚੇਂਜ ਕਰਾਇਆ, ਵੀਡੀਓ 'ਚ ਬੜਾ ਕਲੀਅਰ ਦਿਖਦਾ। ਇਸ ਤੋਂ ਬਾਅਦ ਝੜੀ ਲੱਗ ਗਈ, ਕਈਆਂ ਦੇ 2 ਵਾਰੀ ਬੈਲਟ ਪੇਪਰ ਚੇਂਜ ਹੋਏ, ਕਈਆਂ ਦੇ 4 ਵਾਰੀ ਚੇਂਜ ਹੋਏ, ਪਰ 11 ਬੈਲਟ ਪੇਪਰ ਚੇਂਜ ਹੋਏ। 11 ਬੈਲਟ ਪੇਪਰ ਇਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਸੀ, 11 ਪੇਪਰ ਤਾਂ ਇਹਨਾਂ ਰਿਜੈਕਟ ਕਰਨੇ ਹੈ, ਇਹ ਇਹਨਾਂ ਦੀ ਪਲੈਨਿੰਗ ਸੀ। ਪਰ ਜਦੋਂ ਪਲੈਨਿੰਗ ਨੰਬਰ ਏ, ਜਿਹੜਾ ਪਲੈਨ ਏ ਸੀਗਾ, ਉਹ ਫੇਲ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਪਲੈਨ ਬੀ 'ਤੇ ਕੰਮ ਕਰਨਾ ਸ਼ੁਰੂ ਕੀਤਾ। ਔਰ ਪਲੈਨ ਬੀ ਸੀਗਾ ਕਿ ਅਨਿਲ ਮਸੀਹ ਜੀ ਜਿਹੜੇ ਕਿ ਪ੍ਰਸਾਈਡਿੰਗ ਆਫਿਸਰ ਨੇ, ਉਹ ਖੁਦ ਹੀ ਟਿੱਕੇ ਮਾਰਨਗੇ। ਉਹ ਟਿੱਕੇ ਉਹਨਾਂ ਨੇ ਮਾਰੇ ਬੜੇ ਵਧੀਆ ਨੇ, ਤੁਸੀਂ ਅਗਰ ਬੈਲਟ ਪੇਪਰ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਬੈਲਟ ਪੇਪਰ ਨੂੰ ਅੱਗੇ ਕਰੋ, ਉਹ ਥੱਲੇ ਕੀ ਹੁੰਦਾ ਇਹਦਾ ਪ੍ਰੋਸੈਸ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਬੈਲਟ ਪੇਪਰ ਦੇਣ ਤੋਂ ਪਹਿਲਾਂ ਸਾਈਨ ਕੀਤੇ ਜਾਂਦੇ, ਉਸ ਤੋਂ ਬਾਅਦ ਉਹ ਕਹਿੰਦੇ ਜੀ ਬੈਲਟ ਪੇਪਰ ਦੇਣ ਜਦ ਖੋਲਾਂਗੇ ਤਦ ਫਿਰ ਸਾਈਨ ਕਰਾਂਗੇ। ਸਾਰਾ ਕੁਝ ਕਲੀਅਰ ਦਿਖ ਰਿਹਾ, ਸਾਡੇ ਕਾਊਂਟਿੰਗ ਏਜੰਟ ਯੋਗੇਸ਼ ਢੀਂਗਰਾ ਜੀ ਬਾਰ ਬਾਰ ਅੱਗੇ ਜਾਂਦੇ, ਉਹ ਇਸ਼ਾਰਾ ਕਰ ਰਿਹਾ ਪਿੱਛੇ ਰਹੋ ਪਿੱਛੇ ਰਹੋ। ਔਰ ਇਨ ਦੀ ਮੀਨ ਟਾਈਮ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਜਿਹੜੇ ਇਲੈਕਟਿਡ ਵੀ ਸੀ ਔਰ ਜਿਹੜੇ ਨੋਮੀਨੇਟਡ ਵੀ ਸੀ, ਪ੍ਰੈਕਟੀਕਲੀ ਤਾਂ ਜਿਨ੍ਹਾਂ ਨੇ ਵੋਟ ਨਹੀਂ ਪਾਣੀ ਸੀ ਉਹਨਾਂ ਨੂੰ ਅੰਦਰ ਜਾਣਾ ਅਲਾਊਡ ਨਹੀਂ ਸੀਗਾ, ਕਿਉਂਕਿ ਮੀਡੀਆ ਨੂੰ ਹੀ ਉਹਨਾਂ ਨੇ ਕਿਹਾ ਕਿ ਮੀਡੀਆ ਅੰਦਰ ਨਹੀਂ ਜਾਏਗਾ ਜੀ। ਪਰ ਨੋਮੀਨੇਟਡ ਕੌਂਸਲਰ ਉਹਨਾਂ ਦਾ ਕੰਮ ਸੀਗਾ ਕਿ ਜਿਵੇਂ ਹੀ ਸਾਡੇ ਕਾਊਂਟਿੰਗ ਏਜੰਟ ਕਿਹਾ, ਸਾਡਾ ਕੋਈ ਵੀ ਕੌਂਸਲਰ ਉੱਠ ਕੇ ਉੱਥੇ ਜਾਂਦਾ ਸੀ ਅਤੇ ਉਹਨੂੰ ਰੋਕ ਲਿਆ ਜਾਂਦਾ ਸੀ ਤਾਂ ਕਿ ਉਹ ਉੱਥੇ ਤੱਕ ਨਾ ਪਹੁੰਚ ਸਕੇ। ਔਰ ਇੰਨਾ ਵੱਡਾ ਡੈਮੋਕ੍ਰੇਸੀ ਦਾ ਮਰਡਰ ਹੋਇਆ ਸਾਰੇ ਲੋਕਾਂ ਦੀ ਅੱਖਾਂ ਦੇ ਅੱਗੇ। ਅਸੀਂ 30 ਤਰੀਕ ਨੂੰ ਇਹ ਸਾਰਾ ਈਵੈਂਟ ਹੁੰਦਾ, 31 ਤਰੀਕ ਨੂੰ ਜਾ ਕੇ 17 ਸੈਕਟਰ ਥਾਣੇ 'ਚ ਕੰਪਲੇਂਟ ਕਰਦੇ ਹਾਂ। ਸਾਡੇ ਪੰਜਾਬ ਦੇ ਮੁੱਖ ਮੰਤਰੀ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਦੇ ਕਿ ਦੇਸ਼ ਦਰੋਹ ਦਾ ਮਾਮਲਾ ਅਨਿਲ ਮਸੀਹ ਦੇ ਅਗੇਂਸਟ ਹੋਣਾ ਚਾਹੀਦਾ, ਪਰ ਸਾਨੂੰ ਲਾਈਟਲੀ ਲਿਆ ਜਾਂਦਾ। ਸਾਡੇ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਇਸ 'ਤੇ ਕਾਰਵਾਈ ਹੋਣੀ ਚਾਹੀਦੀ, ਪਰ ਨਹੀਂ ਲਿੱਤਾ ਜਾਂਦਾ। 31 ਤਰੀਕ ਨੂੰ SHO ਸਾਹਿਬ ਨੂੰ ਜਾ ਕੇ ਅਸੀਂ ਜਦ ਸਬਮਿਟ ਕੀਤੀ ਆਪਣੀ ਐਪਲੀਕੇਸ਼ਨ, ਉੱਥੇ ਉਹਨਾਂ ਨੇ ਕਿਹਾ ਹਾਂਜੀ ਅਸੀਂ ਕਰਾਂਗੇ, ਪਰ ਕਰਿਆ ਕੁਛ ਨਹੀਂ। ਸਾਨੂੰ ਲੋਕੀ ਪੁੱਛਦੇ ਵੀ ਇੱਥੇ ਭੁੱਖ ਹੜਤਾਲ 'ਤੇ ਕਿਉਂ ਬੈਠੇ ਹੋ, ਅਸੀਂ ਦੱਸਦੇ ਹਾਂ ਕਿ ਅਨਿਲ ਮਸੀਹ ਨੂੰ ਜਦ ਤੱਕ ਅੰਦਰ ਨਹੀਂ ਕਰਨਗੇ, ਇਹ ਭੁੱਖ ਹੜਤਾਲ ਹੁਣੇ ਤਾਂ ਰੀਲੇ ਭੁੱਖ ਹੜਤਾਲ ਚੱਲ ਰਹੀ ਹੈ, 24 ਘੰਟੇ ਲਈ ਸਾਡੇ ਬੰਦੇ ਬੈਠਦੇ, ਪਰ ਉਹਨਾਂ ਨੂੰ ਵੀ ਉਠਾਇਆ ਜਾਂਦਾ। ਅਗਰ ਇਹ ਨਹੀਂ ਹੋਏਗਾ ਤਾਂ 10 ਤਰੀਕ ਤੋਂ ਇਨਡੈਫੀਨੇਟ ਭੁੱਖ ਹੜਤਾਲ 'ਤੇ ਅਸੀਂ ਇੱਥੇ ਬੈਠ ਜਾਂਦੇ, ਸਭ ਤੋਂ ਪਹਿਲੀ ਗੱਲ ਇਹ ਹੈਗੀ। ਦੂਜੀ ਗੱਲ, ਅਨਿਲ ਮਸੀਹ ਨੇ ਕੀ ਕੀਤਾ, ਮੈਂ ਤੁਹਾਡੇ ਨਾਲ ਵੀਡੀਓ ਕੁਝ ਸਾਂਝੀ ਕਰਾਂਗਾ ਜਿਸ 'ਚ ਬੜਾ ਕਲੀਅਰਲੀ ਦਿਖੇਗਾ ਤੁਹਾਨੂੰ। ਔਨ ਰਿਕਾਰਡ ਇਹ ਦੇਖੋ ਜੀ, ਇਹ ਆਪ ਤੇ ਕਾਂਗਰਸ ਦੀਆਂ ਇਹ ਪਹਿਲੀ ਸਲਿੱਪ ਖੁੱਲ ਰਹੀ ਹੈ, ਇਸ 'ਚ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਇਹ ਉੱਪਰ ਸਟੈਂਪ ਲੱਗੀ ਹੈ, ਇਹ ਆਮ ਆਦਮੀ ਪਾਰਟੀ ਦੀ ਸਟੈਂਪ ਹੈ, ਇਹ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਉਹਦੇ ਅੱਗੇ ਲੱਗੀ ਹੋਈ ਪਹਿਲੀ, ਇਹ ਦੂਜੀ ਹੈ ਜੀ ਆਮ ਆਦਮੀ ਪਾਰਟੀ ਦੇ ਅੱਗੇ, ਬੜਾ ਕਲੀਅਰਲੀ ਦਿਖਦਾ ਹੈ। ਇਹ ਤੀਜੀ ਹੈ ਜੀ, ਇਸ 'ਚ ਸਟੈਂਪ ਜਿਹੜੀ ਹੈ ਉਹ ਥੱਲੇ ਲੱਗੀ ਹੋਈ ਹੈ। ਪਹਿਲਾਂ ਇਹ ਕਹਿੰਦਾ ਮੈਂ ਇਹਨੂੰ ਸਾਈਡ 'ਤੇ ਰੱਖਦਾ, ਪਰ ਫਿਰ ਇਹ ਕਹਿੰਦਾ ਨਹੀਂ ਸਾਈਡ 'ਤੇ ਰੱਖਣ ਦਾ ਫਾਇਦਾ ਨਹੀਂ। ਦੇਖੋ ਆਵਾਜ਼ ਵੀ ਤੁਹਾਨੂੰ ਕਲੀਅਰਲੀ ਸੁਣੇਗੀ ਇਹਦੇ ਅੰਦਰ। ਇਹ ਕੁਲਭੂਸ਼ਣ ਜੀ ਨੇ ਜਿਹੜੇ ਇਹ ਟੋਕਰੀ ਲੈ ਕੇ ਜਾਂਦੇ ਆ, ਜਿਹੜੇ ਕਿ ਉੱਥੇ ਖੜੇ ਹੋਣਗੇ, ਇਹ ਹੁਣ ਦੋ ਇਹਨਾਂ ਨੇ ਕਿਹਾ ਜੇ ਮੈਂ ਇਕੱਠੀ ਰੱਖਦਾਗਾ ਤੇ ਲੋਕਾਂ ਨੂੰ ਕਲੀਅਰ ਹੋ ਜਾਏਗਾ ਪਹਿਲਾਂ ਹੀ। ਕਾਗਜ਼ 'ਤੇ ਕੋਈ ਸਾਈਨ ਨਹੀਂ ਹੈ, ਉਹਨੇ ਕੁਛ ਨਹੀਂ ਹੈ, ਕੋਈ ਟਿਕ ਨਹੀਂ ਲੱਗਿਆ ਹੋਇਆ, ਅੱਛੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ। ਹੁਣ ਇਹ ਪਲਾਨ ਕਰਦਾ ਵੀ ਇਕੱਠੇ ਰੱਖੀ, ਦੇਖੋ ਕਿੰਨੀ ਵਾਰ ਉਹ ਕਰ ਰਿਹਾ। ਅਗਰ ਸੱਚਾ ਬੰਦਾ ਹੁੰਦਾ ਤਾਂ ਬਾਰ ਬਾਰ ਨਹੀਂ ਕਰਦਾ। ਦੇਖੋ ਤੁਸੀਂ ਇਸ ਵੀਡੀਓ 'ਚ ਕਲੀਅਰਲੀ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਇਹ ਅਗਲੀ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਅੱਗੇ ਥੱਲੇ ਨੰਬਰਿੰਗ ਚੱਲਦੀ ਪਈ ਹੈ ਜੀ।
ਅਗਲੀ ਫਿਰ ਭਾਰਤੀ ਜਨਤਾ ਪਾਰਟੀ ਦੀ ਆਈ ਜੀ, ਨੰਬਰਿੰਗ ਕਲੀਅਰਲੀ ਚੱਲ ਰਹੀ ਹੈ। ਵੱਡੀ ਗੱਲ ਜਿਹੜੀ ਹੈ ਕਿ ਇਹ ਸਟੈਂਪ ਤੁਹਾਨੂੰ ਦਿਖ ਰਹੀ, ਇਹ ਆਮ ਆਦਮੀ ਪਾਰਟੀ ਦੀ ਆ ਗਈ ਜੀ, ਉੱਪਰ ਸਟੈਂਪ ਲੱਗੀ ਹੋਈ ਹੈ ਤੁਹਾਨੂੰ ਦਿਖਦੀ ਪਈ ਹੈ, ਇਹ ਉਸ ਤੋਂ ਅਗਲੀ ਫਿਰ ਆਮ ਆਦਮੀ ਪਾਰਟੀ ਦੀ ਆ ਗਈ ਜੀ, ਇਹ ਵੀ ਉੱਪਰ ਤੁਹਾਨੂੰ ਦਿਖਦੀ ਪਈ। ਇੱਦਾਂ ਕਰਕੇ 36 ਵੋਟਾਂ ਗਿਣੀਆਂ ਗਈਆਂ, ਇੱਕ ਇੱਕ ਵੋਟ ਕਲੀਅਰਲੀ ਦਿਖਦੀ ਪਈ ਹੈ, ਇੱਕ ਇੱਕ ਚੀਜ਼ ਕਲੀਅਰਲੀ ਦਿਖਦੀ ਪਈ ਹੈ, ਕੈਮਰੇ ਦੇ ਅੰਦਰ ਰਜਿਸਟਰ ਹੁੰਦੀ ਹੈ। ਉਸ ਤੋਂ ਬਾਅਦ ਨਵੀਂ ਚਾਲ ਚੱਲੀ ਜਾਂਦੀ ਹੈ ਕਿ ਜਦ ਉਹਨਾਂ ਨੇ ਕੰਮ ਕਰਨਾ ਸੀ ਤਾਂ ਕੈਮਰੇ ਨੂੰ ਹਟਾਇਆ ਜਾਂਦਾ, ਪਰ ਕਿਸਮਤ ਖਰਾਬ ਸੀ ਐਤ ਕਿ ਭਾਰਤੀ ਜਨਤਾ ਪਾਰਟੀ ਦੀ, ਜਿੰਨਾ ਕੈਮਰਾ ਹਟਾਉਣਾ ਚਾਹੁੰਦੇ ਸੀ ਉਹਨਾਂ ਹਟਿਆ ਨਹੀਂ, ਉਹ ਵੀ ਕੈਦ ਹੋ ਗਿਆ ਇਹਦੇ ਅੰਦਰ। ਇਹ ਸਾਰੀ ਚੀਜ਼ਾਂ ਅੱਜ ਜਿਹੜੀ ਕੱਲ੍ਹ ਤੁਸੀਂ ਦੇਖੀਆਂ, ਅੱਜ ਤੁਹਾਨੂੰ ਹੋਰ ਕਲੀਅਰ ਹੋ ਜਾਣਗੀਆਂ ਕਿ 4 ਵੋਟਾਂ ਭਾਰਤੀ ਜਨਤਾ ਪਾਰਟੀ ਦੀਆਂ ਅਤੇ ਆਪ ਅਤੇ ਕਾਂਗਰਸ ਦੀ ਹੁਣੇ ਤੱਕ 9 ਹੋਈਆਂ, ਇਹ ਅਗਲਾ ਫਿਰ ਤੋਂ ਭਾਰਤੀ ਜਨਤਾ ਪਾਰਟੀ ਦਾ ਦਿਖ ਰਿਹਾ। ਔਰ ਇਹ ਸਾਰੀ ਚੀਜ਼ਾਂ ਦੇਖੋ, ਦੇਖਦਾ ਕਿਵੇਂ ਨੇ ਬੰਦੇ ਦੀ ਇੰਟੈਂਸ਼ਨ ਕਿਵੇਂ ਕਲੀਅਰ ਹੁੰਦੀ ਹੈ ਕਿ ਇਹ ਸਟੈਂਪ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਦੇਖਦਾ ਅਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦਾ, ਇਹ ਸਾਰੀ ਚੀਜ਼ਾਂ ਬੜੀਆਂ ਕਲੀਅਰ ਹੋਈ। ਇਹ ਆਮ ਆਦਮੀ ਪਾਰਟੀ ਦੀ ਹੈ ਜੀ, ਇਹ ਉੱਪਰ ਰੱਖੀ ਗਈ, ਇੱਕ ਇੱਕ ਚੀਜ਼ ਕੈਮਰਿਆਂ ਦੇ ਅੰਦਰ ਅਨਿਲ ਮਸੀਹ ਜੀ ਦੀ ਕਲੀਅਰ ਹੋ ਗਈ। ਔਰ ਭਾਰਤੀ ਜਨਤਾ ਪਾਰਟੀ ਵਾਲੇ ਢੋਲ ਵਜਾ ਰਹੇ ਸੀ ਨਕਲੀ ਮੇਅਰ ਬਣਾ ਕੇ, ਔਰ ਅਨਿਲ ਮਸੀਹ ਜਿਹਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਸੀ, ਜਦ ਇਸ 'ਤੇ ਪਰਚਾ ਹੁੰਦਾ, ਕਿਉਂਕਿ ਇਹ ਤਾਂ ਇੱਕ ਐਕਟਰ ਹੈ ਜੀ, ਇਹਦੇ ਪਿੱਛੇ ਪ੍ਰੋਡਿਊਸਰ ਕੋਲ ਨਾ, ਡਾਇਰੈਕਟਰ ਕੋਲ ਨਾ, ਉਹ ਵੀ ਦਿਖ ਰਹੇ ਨੇ, ਉਹ ਵੀ ਅੱਗੇ ਤੁਹਾਨੂੰ ਦਿਖਾਵਾਂਗੇ। ਇਹ ਕੈਮਰਾ ਨੰਬਰ 7 ਦੀ ਹੈ, ਇਸ ਤੋਂ ਬਾਅਦ ਅਸੀਂ ਤੁਹਾਨੂੰ ਹੋਰ ਕੈਮਰੇ ਵੀ ਦਿਖਾਵਾਂਗੇ। ਇੱਥੋਂ ਕਲੀਅਰਲੀ ਕੀ ਮੈਂਸ਼ਨ ਹੋ ਰਿਹਾ ਕਿ ਇਹ ਕੀ ਕਰਨਾ ਚਾਹ ਰਹੇ, ਕਿਹੜੀ ਕਿਹੜੀ ਵੋਟਾਂ ਨੂੰ ਕਿਵੇਂ ਕਿਵੇਂ ਰਿਜੈਕਟ ਕੀਤਾ ਜਾਏਗਾ, ਉਹ ਸਾਰੀ ਚੀਜ਼ਾਂ ਇਸ ਵੀਡੀਓ ਥਾਈ ਤੁਹਾਨੂੰ ਲੋਕਾਂ ਨੂੰ ਕਲੀਅਰ ਹੋ ਜਾਏ। ਔਰ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਮਰਡਰ ਜਿਸ ਹਿਸਾਬ ਨਾਲ ਇਹ ਅਨਿਲ ਮਸੀਹ ਜੀ ਨੇ ਕੀਤਾ, ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ 2017 'ਚ ਵੀ ਇਹਨਾਂ ਨੇ ਇਹੋ ਜਿਹਾ ਕੋਈ ਕੰਮ ਕੀਤਾ ਸੀਗਾ, ਪਰ ਅਸੀਂ ਅੱਜ ਉਹਦੀ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹ ਤਾਂ ਬਹੁਤ ਵੱਡਾ ਕਤਲ ਕਰਕੇ ਆਰਾਮ ਨਾਲ ਫਿਰ ਰਿਹਾ। ਔਰ ਜਦ ਇੰਟਰਵਿਊ ਦਿੰਦੇ ਕਹਿੰਦਾ ਕਿ ਮੇਰੇ ਬੱਚੇ ਕੋ ਲੋਕ ਕਹਿ ਰਹੇ ਕਿ ਤੁਹਾਰੇ ਪਾਪਾ ਅੰਦਰ ਜਾਏਗੇ, ਡਰ ਤਾਂ ਇਹਨੂੰ ਪਹਿਲੇ ਦਿਨ ਤੋਂ ਸੀਗਾ, ਔਰ ਉਹ ਜਿਹੜੀ ਗੱਲ ਹੈਗੀ ਹੈ ਉਹ ਸੱਚ ਹੁੰਦੀ ਦਿਖਦੀ ਪਈ ਹੈ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ। 19 ਤਰੀਕ ਨੂੰ ਇਹਨਾਂ ਨੂੰ ਉੱਥੇ ਬੁਲਾਇਆ ਗਿਆ, ਅਨਿਲ ਮਸੀਹ ਜੀ, ਭਾਰਤੀ ਜਨਤਾ ਪਾਰਟੀ ਜੀ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦਈਏ, ਜਿੰਨੀ ਮਰਜ਼ੀ ਬਦਮਾਸ਼ੀ ਤੁਸੀਂ ਕਰ ਲਓ ਬਚੋਗੇ ਨਹੀਂ, ਜਿੰਨੀ ਮਰਜ਼ੀ ਹੇਰਾਫੇਰੀ ਕਰ ਲਓ ਬਚੋਗੇ ਨਹੀਂ, ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋ। 17 ਵੋਟਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਪਈਆਂ, ਔਰ ਭਾਰਤੀ ਜਨਤਾ ਪਾਰਟੀ ਨੂੰ ਹੁਣ ਤੱਕ 12 ਪਈਆਂ। ਥੋੜ੍ਹੀ ਇੱਧਰ ਆ ਜਾਓ ਸੁਮਨ, ਇੱਧਰ ਆ ਜਾਓ। ਇਹ ਕਲੀਅਰਲੀ ਹਰੇਕ ਚੀਜ਼ ਤੁਹਾਡੇ ਅੱਗੇ ਆ ਰਹੀ ਹੈ, ਔਰ ਜਿੱਦਾਂ ਹੀ ਉਹ ਖੋਲ ਰਹੇ ਨੇ ਰਿਕਾਰਡ ਸਾਰਾ ਕੁਛ ਹੋ ਰਿਹਾ। ਇਹ ਪਹਿਲੀ ਵੀਡੀਓ ਹੈ 7 ਨੰਬਰ 'ਚੋਂ ਜਦ ਉਹਨਾਂ ਨੇ ਬੈਲਟ ਪੇਪਰ ਓਪਨ ਕੀਤੇ ਸੀ। ਅਗਲੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੈਲਟ ਪੇਪਰ 'ਚ ਟੈਂਪਰਿੰਗ ਕਦ ਕੀਤੀ ਗਈ, ਔਰ ਉਸ ਤੋਂ ਅਗਲੀ ਵੀਡੀਓ ਦਿਖਾਵਾਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਸ ਕਿਵੇਂ ਕੈਮਰਿਆਂ ਨੂੰ ਹਿਲਾ ਰਹੇ ਸੀ। ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋਣਗੀਆਂ। ਇਹ ਥੱਲੇ ਹੈ ਜੀ ਮਾਰਕ, ਉਹਨਾਂ ਦੀਆਂ 16 ਹੋ ਗਈਆਂ ਜੀ, ਇਹ ਲਾਸਟ ਵੋਟ ਗਿਣਨ ਜਾ ਰਹੇ ਨੇ। ਇਹਦਾ ਮਤਲਬ ਕਿ ਕੋਈ ਵੀ ਵੋਟ ਰਿਜੈਕਟ ਨਹੀਂ ਹੋਈ। ਔਰ ਇੱਕ ਹੋਰ ਇੰਟਰਸਟਿੰਗ ਗੱਲ, ਸਾਡੇ ਕਾਊਂਟਿੰਗ ਏਜੰਟ ਯੋਗੇਸ਼ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਸਰ ਆਪਨੇ ਗਿਣ ਲਈ ਕੋਈ ਵੋਟ ਰਿਜੈਕਟ ਹੈ, ਤਦ ਉਹ ਕਹਿੰਦੇ ਨੇ ਕਿ ਹੁਣੇ ਕੋਈ ਵੋਟ ਰਿਜੈਕਟ ਨਹੀਂ ਹੈ। ਇਹਨਾਂ ਨੇ ਕਿਹਾ ਕਿ ਆਪ ਪੈਨ ਯੂਜ਼ ਕਰੋਗੇ, ਕਿਉਂਕਿ ਕੁਦਰਤੀ ਕਹਿੰਦੇ ਹੈ ਕਿ ਵੀ ਹਰੇਕ ਚੀਜ਼ਾਂ ਮਿਲ ਜਾਂਦੀਆਂ, ਪੈਨ ਦੇਖੋ ਉਹੀ ਹੈ ਜੇ। ਔਰ ਜਦ ਉਹਨਾਂ ਨੇ ਕਿਹਾ ਕਿ ਵੀ ਆਪ ਇਸ ਕੇ ਬਾਅਦ ਪੈਨ ਯੂਜ਼ ਕਰੋ, ਕਿਉਂਕਿ ਇਹਨਾਂ ਨੇ ਪਹਿਲੀ ਇੱਕ ਆਪਣੀ ਕਹੀ ਸੀ ਕਿ ਗ੍ਰੀਨ ਪੈਨ ਯੂਜ਼ ਕਰੋ ਜੀ, ਬਲੂ ਨਾ ਕਰੋ,
ਪਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਬਲੂ ਪੈਨ ਇੱਥੇ ਕਿਹਾ ਹੁੰਦਾ, ਸਾਰੇ ਕੌਂਸਲਰ ਉੱਥੇ ਬੀਜੇਪੀ ਦੇ ਰੌਲਾ ਪਾਉਣੇ ਸ਼ੁਰੂ ਹੋ ਗਏ। ਜਿਹੜੇ ਇਹਨਾਂ ਦੇ ਜੋਸ਼ੀ ਜੀ ਨੇ ਉਹ ਵੀ ਦਿਖਣਗੇ ਕਿ ਕਿਵੇਂ ਹੱਥ ਮਾਰ ਰਹੇ ਨੇ, ਕਿਵੇਂ ਡੰਡੇ ਮਾਰ ਰਹੇ ਨੇ। ਬੋਲਦੇ ਪਏ ਨੇ ਕਿ ਇਹ ਗਲਤ ਕੰਮ ਕਰ ਰਹੇ ਹੋ, ਗਲਤ ਕੰਮ ਕਰ ਰਹੇ ਹੋ, ਗਲਤ ਕੰਮ ਖੁਦ ਕਰ ਰਹੇ ਨੇ। ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗਾ ਜਿਸ 'ਚ ਇਹ ਚੀਜ਼ ਨੂੰ ਟੈਂਪਰ ਕਰਦੇ ਨੇ। ਇਹ ਦੇਖੋ ਜੀ, ਇਨਵੈਲਿਡ ਵੋਟ ਬਣਾਉਣ ਦਾ ਫੈਕਟਰੀ ਭਾਰਤੀ ਜਨਤਾ ਪਾਰਟੀ, ਵੋਟ ਚੋਰ ਦੀ ਫੈਕਟਰੀ ਭਾਰਤੀ ਜਨਤਾ ਪਾਰਟੀ। ਇਹ ਦੇਖੋ ਅਨਿਲ ਮਸੀਹ ਇੰਡੀਆ ਅਲਾਇੰਸ ਕੀ ਆਠ ਵੋਟੇ ਖਰਾਬ ਕੈਸੇ ਕਰਤੇ, ਚੈੱਕ ਕਰੋ। ਉੱਪਰ ਲੱਗਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਸਟੈਂਪ ਉੱਪਰ ਹੈ। ਪਹਿਲਾਂ ਇਹ ਕਰਦੇ ਨੇ ਸਾਈਨ, ਇਹ ਸਾਈਨ ਹੋ ਗਿਆ। ਹੁਣ ਕਿਹਾ ਨਿਸ਼ਾਨ ਤਾਂ ਲਾਇਆ ਨੀ, ਲਾ ਦਿਓ ਜੀ ਨਿਸ਼ਾਨ। ਲਓ ਜੀ, ਇੱਕ ਤੇ ਨਿਸ਼ਾਨ ਲੱਗ ਗਿਆ। ਤੁਸੀਂ ਦੇਖੋ ਵੀ ਡੈਮੋਕ੍ਰੇਸੀ ਕਿੰਨੀ ਸ਼ਰਮਸਾਰ ਹੋਈ ਹੈ, ਕਿੰਨਾ ਖੂਨ ਇਸ ਨਗਰ ਨਿਗਮ ਦੇ ਅੰਦਰ। ਲਓ ਜੀ, ਦੂਸਰੇ ਤੇ ਨਿਸ਼ਾਨ ਲੱਗਿਆ। ਹੁਣ ਇਹ ਦੇਖੀ ਜਾਓ ਤੁਸੀਂ ਹੁੰਦਾ ਕੀ ਹੈ। ਔਰ ਸੁਪਰੀਮ ਕੋਰਟ ਨੇ ਕਿਹਾ, ਵਕੀਲ ਸਾਹਿਬ ਦੱਸ ਰਹੇ ਸੀ ਕਿ ਕੈਮਰੇ ਵੱਲ ਕਿਵੇਂ ਮੂੰਹ ਕਰਦੇ ਸੀ। ਇੱਥੇ ਹੁਣ ਕੈਮਰੇ ਦੇ ਉੱਤੇ ਇੱਕ ਭਾਰਤੀ ਜਨਤਾ ਪਾਰਟੀ ਦੇ, ਉਹ ਕਹਿੰਦੇ ਥੱਲੇ ਜਦ ਸੀਗਾ ਤਦ ਨਹੀਂ ਉਹਨਾਂ ਨੇ ਕੀਤਾ, ਜਦ ਉੱਪਰ ਸੀਗਾ ਤਦ ਹੀ ਕੀਤਾ ਸੀ। ਇਹ ਦੇਖੋ ਜੀ, ਇਹ ਥੱਲੇ ਹੈ, ਪਿੱਛੋਂ ਆਵਾਜ਼ ਆ ਰਹੀ ਹੈ, ਓਬਜੈਕਸ਼ਨ ਹੋ ਰਹੀ ਹੈ। ਦੇਖੋ ਇਹ ਕੌਂਸਲਰ ਸਾਡੇ ਓਬਜੈਕਸ਼ਨ ਕਰ ਰਹੇ, ਇਹ ਕਹਿ ਰਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਰੋੜਾ ਪਾ ਰਹੇ। ਹੁਣੇ ਉਹਦਾ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ। ਲਓ ਜੀ, ਉੱਪਰ ਸਟੈਂਪ ਹੈ, ਹੁਣ ਕੀ ਕਰਨਗੇ ਅਨਿਲ ਮਸੀਹ ਜੀ। ਇਹ ਲਓ ਜੀ, ਔਰ ਚੌਥਾ ਤਾਂ ਦੇਖਣ ਵਾਲਾ ਜੀ, ਇਹ ਚੌਥਾ ਦੇਖੋ ਸੁਪਰ ਹਿੱਟ। ਇਹ ਦੇਖੋ ਜਿਹੜੇ ਹੁਣ ਕੀ ਕਰਨਗੇ, ਇਹਨਾਂ ਨੇ ਪਹਿਲਾਂ ਦੇਖਿਆ ਚਾਰੋਂ ਪਾਸੇ, ਫਿਰ ਦੇਖਣਗੇ, ਫਿਰ ਭੁੱਲ ਜਾਣਗੇ ਕਿ ਵੀ ਇਹਨੂੰ ਕੱਟਣਾ ਆਪਾਂ। ਹੁਣ ਇਹ ਸਾਈਨ ਕਰ ਰਹੇ ਨੇ, ਭੁੱਲ ਗਏ ਇਹਨੂੰ ਕੱਟਣਾ। ਉਹ ਨਹੀਂ ਨਹੀਂ ਇਹ ਤਾਂ ਆਮ ਆਦਮੀ ਪਾਰਟੀ ਦੇ, ਇਹਨੂੰ ਤਾਂ ਕੱਟਣਾ ਸੀ, ਵਾਪਿਸ ਰੱਖਣਗੇ। ਲਓ ਜੀ, ਹੁਣ ਕੱਟਣਗੇ। ਇਹ ਦੇਖੋ ਕੈਮਰੇ ਵੱਲ ਕਿਉਂ, ਦੇਖੋ ਇਹ ਨੇ ਅਨਿਲ ਮਸੀਹ। ਦੇਖੋ ਕਿੰਨੀ ਮਾੜੀ ਪੋਜੀਸ਼ਨ ਹੈ ਇਸ ਬੰਦੇ ਦੀ। ਇਹ ਜਨਰਲ ਸੈਕਟਰੀ ਹੈ ਜੀ, ਇਹ ਟੰਡਨ ਸਾਹਿਬ ਨਾਲ ਖੜਾ। ਮੈਨੂੰ ਲੱਗਦਾ ਕਿ ਇਹਨਾਂ ਨੂੰ ਇਮੇਜ, ਇਸ ਤੋਂ ਬਾਅਦ ਇਹ ਦੇਖੋ ਕੈਮਰਾ ਟਾ ਰਹੇ ਨੇ, ਉਹ ਦੇਖੋ ਇਹ ਰਾਣਾ ਇਹਨਾਂ ਦਾ, ਕਨਵਰਜੀਤ ਰਾਣਾ ਕੈਮਰੇ ਟਾ ਰਿਹਾ ਜੀ ਸਾਰੇ। ਇਹ ਦੇਖੋ ਜੀ ਕਿਸ ਹਿਸਾਬ ਨਾਲ ਕੈਮਰੇ, ਇਹ ਇਹਨਾਂ ਦੇ ਇੱਕ ਹੋਰ ਨੇ ਕੈਮਰੇ, ਕਿਸ ਹਿਸਾਬ ਨਾਲ 7 ਨੰਬਰ ਕੈਮਰੇ ਨੂੰ ਹਟਾਇਆ ਜਾ ਰਿਹਾ। ਪਰ ਆਪਾਂ ਵੀ ਦੇਖੋ, ਜਿਹੜਾ ਕੈਮਰਾ ਚਲਾ ਰਿਹਾ ਸੀ ਉਹਨੂੰ ਵੀ ਸ਼ਾਬਾਸ਼ੀ ਬਣਦੀ ਹੈ ਕਿ ਇੰਨੀ ਵੱਡੀ ਗਦਾਰ ਸੈਂਟਰ ਸਰਕਾਰ ਦੇ ਅਗੇਂਸਟ ਉਹਨੇ ਫਿਰ ਸਟੈਂਡ ਲਿੱਤਾ, ਉਹ ਫਿਰ ਵਾਪਿਸ ਲੈ ਗਿਆ। ਹੁਣ ਰੋਲਾ ਦੇਖੋ ਕਿੰਨੇ ਪੈ ਰਹੇ, ਕਾਉਂਸਲਰਸ ਕਿਵੇਂ ਪਾ ਰਹੇ ਨੇ। ਔਰ ਤੁਹਾਨੂੰ ਲੱਗ ਰਿਹਾ ਯਾਰ ਪਤਾ ਨਹੀਂ ਕੌਣ ਰੋਲਾ ਪਾ ਰਿਹਾ, ਉਹ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ। ਉਹ 2 ਨੰਬਰ ਦੀ ਵੀਡੀਓ ਆ, 2 ਨੰਬਰ ਕੈਮਰੇ ਤੋਂ ਰਿਕਾਰਡ। ਲਓ ਜੀ, ਇੱਕ 'ਚ ਪਹਿਲਾਂ ਹੀ ਮਾਰਕ ਲਾਤਾ ਕਿ ਵੀ ਇਸ 'ਚ ਪਹਿਲਾਂ ਸ਼ੱਕ ਨਾ ਪਵੇ ਨਾ ਜੀ, ਪਹਿਲਾਂ ਹੀ ਕਰ ਦਿਓ ਕੰਮ। ਹੁਣ ਫਿਰ ਆਮ ਆਦਮੀ ਪਾਰਟੀ ਦੇ ਮਸੀਹ ਸਾਹਿਬ, ਕਿਸੇ ਨੂੰ ਤਾਂ ਛੱਡ ਦਿਓ, ਇਹਦੇ ਸ਼ੁਕਰ ਕਰੋ ਇਹਨੇ 8 ਨੂੰ ਹੀ ਕੀਤਾ, ਕਿਉਂਕਿ ਇਹ ਸ਼ੁਰੂ 'ਚ ਹੀ ਕੰਮ ਕਰ ਗਏ ਨਾ। ਔਰ ਜਦ ਇਹ ਸ਼ੁਰੂ 'ਚ ਕੰਮ ਕਰਦੇ ਹੈ ਤੇ ਇੱਥੋਂ ਦਾ ਜਿਹੜਾ ਡਾਇਰੈਕਟਰ ਹੈ ਉਹ ਦਿਖਾਵਾਂਗੇ ਅਗਲੇ ਵੀਡੀਓ 'ਚ, ਜਿਹੜਾ ਡਾਇਰੈਕਟ ਕਰ ਰਿਹਾ ਸੀ ਸਾਰੇ ਨੂੰ। ਮੈਂ ਤੇ ਹੈਰਾਨ ਹਾਂ ਕਿ ਲੋਕਾਂ ਨੇ ਜਿਨ੍ਹਾਂ ਨੂੰ ਇਮਾਨਦਾਰ ਸਮਝ ਕੇ ਵੋਟਾਂ ਪਾਈਆਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਸ ਨੂੰ, ਉਹੀ ਗਦਾਰ ਨਿਕਲੇ। ਇਹਨਾਂ ਦੀ ਗੱਲ ਨਹੀਂ ਕਰ ਰਿਹਾ, ਅਗਲੇ ਵੀਡੀਓ ਦਿਖਾਵਾਂਗਾ ਕੌਣ ਕੌਣ ਨੇ। ਕੈਮਰਾ ਹਟਾਓ, ਕੈਮਰਾ ਹਟਾਓ, ਬਾਰ ਬਾਰ ਗੱਲ ਚੱਲ ਰਹੀ ਹੈ ਜੀ। ਉਹਨੇ ਤਾਂ ਸਿਰਫ ਟ੍ਰੇਲਰ ਦਿਖਾਇਆ, ਪਿਕਚਰ ਉਹਨੇ ਇਹਦੇ ਅੰਦਰ ਹੈ ਜੀ, ਉਹਨੇ ਟ੍ਰੇਲਰ ਹੈ ਸਿਰਫ, ਇਹ ਪਿਕਚਰ ਇਹਦੇ ਅੰਦਰ ਹੈ, ਉਹਨੇ ਟ੍ਰੇਲਰ ਦੇਖ ਰਹੇ ਹੋ ਤੁਸੀਂ। ਅਤੇ ਜਿਹੜੀਆਂ ਚੀਜ਼ਾਂ ਕੈਦ ਹੋਈਆਂ, ਕਿਉਂਕਿ ਸਾਨੂੰ ਤਾਂ ਕਿਸੇ ਨੇ ਕਿਹਾ ਸੀ ਜੀ ਤੁਹਾਨੂੰ
ਇਹ ਸਾਰੇ ਕੈਮਰੇ ਵਾਲੇ ਵੀ ਭਾਰਤੀ ਜਨਤਾ ਪਾਰਟੀ ਦੇ, ਪਰ ਮੈਂ ਸ਼ਾਬਾਸ਼ੀ ਦਿੰਦਾ ਕਿ ਇੱਕ ਬੰਦੇ ਨੇ ਡੈਮੋਕ੍ਰੇਸੀ ਨੂੰ ਬਚਾਉਣ ਦਾ ਕੰਮ ਕੀਤਾ, ਉਹ ਕੈਮਰੇ ਵਾਲਾ ਹੀ ਸੀਗਾ 7 ਨੰਬਰ ਵਾਲਾ ਜਿਹੜਾ ਬਚਾ ਗਿਆ, ਬਾਕੀ ਤਾਂ ਹਿਲਾ ਗਏ ਸੀਗੇ। ਤੁਹਾਨੂੰ ਸਰਟੀਫਾਈਡ ਹੈ ਜੀ, ਇਹ ਅਸੀਂ ਰਜਿਸਟਰਡ ਹੋ ਕੇ ਲਿੱਤੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਬਾਕੀ ਹਾਈ ਕੋਰਟ ਨੇ ਵੀ ਕਰਾ ਲਈ ਹੁਣ ਇਹਦੇ ਸਾਰੇ ਦੇ ਗੱਲਾਂ ਅਪਲਾਈ ਕਰਕੇ ਆਫੀਸ਼ਲੀ ਦਿੱਤੀ ਗਈ ਹੈ ਸਾਨੂੰ, ਸਾਈਨ ਕਰਵਾ ਕੇ ਲੈ ਕੇ ਆਏ ਆ, ਇਹ ਉਹਨਾਂ ਤੋਂ ਹੀ ਲਿੱਤੀ ਹੈ ਜੀ, ਤੁਹਾਡੇ ਚੈਨਲ ਤੇ ਤਾਂ ਚੱਲੀ ਵੀ ਹੈ। ਲਓ ਜੀ, ਇਹ ਵੀਡੀਓ ਸੀਗਾ ਨੰਬਰ 2। ਹੁਣ ਅਗਲਾ ਵੀਡੀਓ ਦੇਖੋ ਕਿ ਕਿਸ ਹਿਸਾਬ ਨਾਲ। ਲਓ ਜੀ, ਹੁਣ ਕੌਂਸਲਰ ਦੇਖੋ, ਜਿਨ੍ਹਾਂ ਨੂੰ ਇਲੈਕਟ ਕੀਤਾ ਗਿਆ ਹੈ ਉਹ ਕੌਂਸਲਰ ਦੇਖੋ ਕਿ ਉਹਨਾਂ ਨੇ ਕੈਮਰਾ ਹਟਾਉਣ ਦਾ। ਲਓ ਜੀ, ਇਹ ਦੇਖੋ, ਇਹ ਨੇ ਕਨਵਰਜੀਤ ਰਾਣਾ ਜੀ ਡਾਇਰੈਕਸ਼ਨ ਦੇ ਰਹੇ ਕੈਮਰਾ ਹਟਾਓ, ਸਾਡੇ ਬੰਦੇ ਦੇਖੋ ਜੀ, ਆਮ ਆਦਮੀ ਪਾਰਟੀ ਇਸ ਲਈ ਕਹਿੰਦੇ ਸ਼ਰੀਫ, ਸਾਰੇ ਬੈਠੇ। ਇਹ ਦੇਖੋ ਜੀ ਕੌਣ ਕੌਣ ਫਿਰ ਰਹੇ ਨੇ, ਇਹ ਬੀਜੇਪੀ ਦੇ ਸਾਰੇ ਕੋਲ, ਉਹ ਡਾਇਰੈਕਟਰ ਸਾਹਿਬ ਬੈਠੇ ਨੇ ਗ੍ਰੀਨ ਜੈਕਟ 'ਚ, ਇਹ ਜੀ ਨੋਮੀਨੇਟਡ ਕੌਂਸਲਰ ਜਿਹੜੇ ਕੈਮਰਿਆਂ ਦਾ ਠੇਕਾ ਦਿੱਤਾ ਸਤਿੰਦਰ ਸਿੱਧੂ ਜੀ, ਇਹ ਦੇਖੋ ਜੀ, ਇਹ ਸਾਰੇ ਬੰਦੇ ਤੁਹਾਨੂੰ ਕੋਈ ਵੀ ਆਮ ਆਦਮੀ ਪਾਰਟੀ ਕਾਂਗਰਸ ਦੇ ਬੰਦੇ ਨਹੀਂ ਦਿਖਣਗੇ ਜੀ। ਇਹ ਦੇਖੋ ਹਰਜੀਤ ਸਿੰਘ ਜੀ ਕਿਵੇਂ ਕੈਮਰਿਆਂ ਨੂੰ ਹਿਲਾਉਣ ਦੇ ਲੱਗੇ ਹੋਏ, ਔਰ ਉੱਪਰ ਦਿਖ ਰਹੇ ਜੀ ਉਹ ਕੰਮ ਕਰ ਰਹੇ, ਉੱਪਰ ਸਕਰੀਨ 'ਚ ਦਿਖ ਰਿਹਾ ਜਦੋਂ ਕਾਟਾ ਕਰ ਰਹੇ, ਤੇ ਥੱਲੇ ਇਹ ਲੋਕ ਵਿੱਚ ਖੜੇ ਹੋ ਕੇ ਕਿਵੇਂ ਹੰਗਾਮਾ ਕੱਟਦੇ। ਉਹ ਦੇਖੋ ਕੈਮਰੇ ਕੋ ਬੋਲ ਰਿਹਾ, ਇਸ ਤੋਂ ਬਾਅਦ ਅਮਿਤ ਜਿੰਦਲ ਜੀ ਬੜੇ ਮਾਸਟਰ ਆਦਮੀ ਸੀ ਜੀ, ਜਾ ਕੇ ਜਿੰਦਲ ਸਾਹਿਬ ਪ੍ਰਸਾਈਡਿੰਗ ਆਫਿਸਰ ਨੂੰ ਸਿਰਫ ਇਹਨਾਂ ਨੂੰ ਅਲਾਊਡ ਸੀ ਜਾਣਾ, ਉਹ ਇੱਕ ਡਾਇਰੈਕਟਰ ਪਿੱਛੇ ਫਿਰ ਰਹੇ ਨੇ। ਮੈਂ ਤੁਹਾਨੂੰ ਹੁਣੇ ਡਾਇਰੈਕਟਰ ਸਾਹਿਬ ਦਿਖਾਉਣਾ ਜਿਨ੍ਹਾਂ ਦਾ ਨਾਮ ਹੈ ਐਕਸ ਮੇਅਰ ਅਨੂਪ ਗੁਪਤਾ ਜੀ, ਇਹ ਸਭ ਨੂੰ ਕਹਿੰਦੇ ਅੱਗੇ ਆਓ, ਇਹਦੀ ਪੂਰੀ ਫੁਟੇਜ 2 ਨੰਬਰ ਦੀ ਤੁਹਾਨੂੰ ਦਿੱਤੀ ਜਾਏਗੀ। ਇਹ ਦੇਖੋ, ਇਹ ਸਭ ਨੂੰ ਕਹਿੰਦੇ ਪਹਿਲਾਂ ਅੱਗੇ ਆਓ, ਫਿਰ ਸਭ ਨੂੰ ਕਹਿੰਦੇ ਬੈਠ ਜਾਓ, ਫਿਰ ਜਾ ਕੇ ਕੌਂਸਲਰ ਨੂੰ ਕੀ ਕਹਿੰਦੇ ਦੇਖ ਜਾਓ। ਇਹ ਹੁਣ ਇਹਨਾਂ ਨੂੰ ਕਹਿ ਰਹੇ ਨੇ ਜਿੰਦਲ ਸਾਹਿਬ ਨੂੰ ਕਿ ਵੀ ਜਾਓ। ਇਹ ਮੈਨੂੰ ਨੋਮੀਨੇਟਡ ਕੌਂਸਲਰ ਰਮਨੀਕ ਬੇਦੀ ਜੀ ਨਹੀਂ ਸਮਝ ਆਈ ਕਿ ਬੇਦੀ ਸਾਹਿਬ ਤੁਹਾਨੂੰ ਤਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ, ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਉਹ ਦੇਖੋ ਜੀ, ਕੈਮਰੇ ਟਾਂ ਤੇ ਪੂਰਾ ਲੱਗਿਆ ਹੋਇਆ ਕੰਮ, ਹੁਣੇ ਨਹੀਂ ਰੁਕੇ, ਰਾਣਾ ਜੀ ਨਹੀਂ ਰੁਕੇ, ਰਾਣਾ ਜੀ ਆ ਕੇ, ਇਹ ਮੈਡਮ ਬੈਠੀ ਹੈ ਜੀ ਈਸ਼ਾ ਮੈਡਮ, ਉਹਨਾਂ ਨੂੰ ਆ ਕੇ ਵੀ ਕਿਹਾ ਜੀ ਕੈਮਰੇ ਨਹੀਂ ਉਤਾਰੇ ਸਾਡੇ ਕੈਨ ਤੇ। ਦੇਖੋ 2 ਨੰਬਰ ਕੈਮਰਾ ਉੱਥੇ ਹੋਣਾ ਚਾਹੀਦਾ ਸੀਗਾ, ਪਰ ਉਹ ਹਟਾਉਣ 'ਚ ਕਾਮਯਾਬ ਰਹੇ। ਇਹ ਦੇਖੋ ਇਹਨਾਂ ਦੇ ਕੌਂਸਲ, ਉਹ ਦੇਖੋ ਖੁਸ਼, ਦੇਖੋ ਮਿਸਿਸ ਬਬਲਾ ਦੇਖੋ ਕਿਵੇਂ ਖੁਸ਼ ਹੋ ਰਹੇ, ਕਿਉਂਕਿ ਹੁਣ ਉਹਨਾਂ ਨੂੰ ਕਹਿ ਦਿੱਤਾ ਇਹ ਕੈਮਰੇ ਮੈਨੂੰ ਭੇਜਿਆ ਵੀ ਕੈਮਰਾ ਹਟਾਇਆ ਕਿਉਂ ਨਹੀਂ ਤੂੰ, ਜਾ ਉੱਧਰ, ਉਹਨੇ ਜਾ ਕੇ ਕੈਮਰਾ ਹਟਾਉਣ ਦੇ ਕੰਮ ਸਾਰੇ। ਦੇਖੋ ਸਾਡੇ ਕੌਂਸਲਰ ਦੇਖ ਲਓ, ਉਹਨੇ ਕਹਿ ਤਾ ਜੀ, ਉਹਨੇ ਕਿਹਾ ਕੰਮ ਹੋ ਗਿਆ, ਅਨੂਪ ਗੁਪਤਾ ਜੀ ਨੇ ਕਿਹਾ ਆਪਣਾ ਕੰਮ ਹੋ ਗਿਆ, ਚਲੋ ਬੈਠੋ ਚੱਲ ਕੇ। ਹੁਣ ਇਸ ਤੋਂ ਬਾਅਦ ਇਹ ਸਾਰਿਆਂ ਨੂੰ ਬਿਠਾ ਦਿਓ, ਇਹ ਇੱਕ ਇੱਕ ਚੀਜ਼ ਦੇਖੋ, ਇਹ ਦੇਖੋ ਜੀ ਕੰਮ ਹੋ ਗਿਆ। ਲਓ ਜੀ, ਉਸ ਤੋਂ ਬਾਅਦ ਇਹ ਆ ਕੇ ਰਾਣਾ ਸਾਹਿਬ ਕਹਿ ਰਹੇ ਨੇ ਕਿ ਜੀ ਕੈਮਰੇ ਸਾਡੇ ਕਹਿਣ 'ਤੇ ਨਹੀਂ ਹਲੇ, ਔਰ ਮੈਂ ਸਮਝਦਾ ਕਿ ਇਸ ਤੋਂ ਸ਼ਰਮਸਾਰ ਕੋਈ ਚੀਜ਼ ਹੋ ਨਹੀਂ ਸਕਦੀ। ਔਰ ਤੁਹਾਨੂੰ ਹੁਣ ਮੈਂ ਇੰਨੀ ਚੀਜ਼ਾਂ ਤੁਸੀਂ ਦੇਖੀਆਂ ਨੇ, ਸਾਡੇ 11 ਕੌਂਸਲਰਸ ਦੀ ਇਹਨਾਂ ਨੇ ਰਿਜੈਕਸ਼ਨ ਕੀਤੀ, ਉਹ ਵੀ ਰਜਿਸਟਰਡ ਹੈ ਕਿ ਜਿਹੜੇ ਇਹਨਾਂ ਨੇ ਕਿਹਾ ਸੀ ਇਹ ਸਟੈਂਪ ਪੇਪਰ ਬੈਲਟ ਪੇਪਰ ਗਲਤ ਨੇ, ਉਹ ਵੀ ਇਹਦੇ ਅੰਦਰ ਹੈਗੀ ਹੈ। ਤੁਹਾਨੂੰ ਇਹ ਸਾਰੀ ਚੀਜ਼ਾਂ ਅਸੀਂ ਪ੍ਰੋਵਾਈਡ ਕਰਾਵਾਂਗੇ, ਔਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੁੱਟਮਾਰ ਕੀਤੀ ਹੈ, ਇੱਕ ਇੱਕ ਚੀਜ਼ ਇਹਦੇ ਅੰਦਰ ਕੈਦ। ਮੇਰੀ ਅਪੀਲ ਤੁਹਾਡੇ ਲੋਕਾਂ ਨੂੰ ਇੱਕ ਹੀ ਹੈ ਕਿ ਅੱਜ ਤੁਹਾਡੇ ਚੈਨਲਾਂ ਥਰੂ ਅਸੀਂ ਚੰਡੀਗੜ੍ਹ ਦੇ ਦੇਸ਼ ਦੇ ਹਰ ਇੱਕ ਇਨਸਾਨ ਨੂੰ ਕਹਿੰਦੇ, ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਲੋਕਾਂ ਤੋਂ ਦੇਸ਼ ਨੂੰ ਬਚਾਉਣਾ ਪਏਗਾ, ਔਰ ਇਹੋ ਜਿਹੇ ਲੋਕਾਂ ਤੋਂ ਦੇਸ਼ ਨੂੰ ਕੌਣ ਬਚਾਏਗਾ,
ਮੀਡੀਆ ਦਾ ਵੀ ਇੱਕ ਬਹੁਤ ਵੱਡਾ ਹੱਥ ਹੋ ਸਕਦਾ ਦੇਸ਼ ਨੂੰ ਬਚਾਉਣ, ਪਰ ਤੁਸੀਂ ਲੋਕ ਵੀ ਸੱਚੇ ਹੋ, ਤੁਹਾਨੂੰ ਤਾਂ ਖੁਦ ਹੀ ਅੰਦਰ ਅਲਾਓ ਨਹੀਂ ਕੀਤਾ। ਉਸ ਤੋਂ ਬਾਅਦ ਜਿਸ ਹਿਸਾਬ ਨਾਲ ਰੇਸ ਨਾਲ ਭਜਾ ਕੇ ਮੇਅਰ ਸਾਹਿਬ ਨੂੰ ਕੁਰਸੀ ਤੇ ਬਿਠਾਇਆ ਗਿਆ, ਉਹ ਤੁਸੀਂ ਸਾਰਿਆਂ ਨੇ ਵੀ ਦੇਖਿਆ ਕਿਸ ਹਿਸਾਬ ਨਾਲ ਸਾਰੀ ਪਲੈਨਿੰਗ ਕੀ। ਅਨਿਲ ਮਸੀਹ ਤਾਂ ਇੱਕ ਮੋਹਰਾ ਨੇ, ਇਹਦੇ ਪਿੱਛੇ ਡਾਇਰੈਕਟਰ ਕਈ ਹੋਰ ਨੇ, ਔਰ ਮੈਂ ਕਈ ਅਖਬਾਰਾਂ 'ਚ ਵੀ ਦੇਖਿਆ ਸੀਗਾ, ਉਹ ਕਹਿ ਰਹੇ ਸੀਗੇ ਕਿ ਮੈਨ ਬਿਹਾਈਂਡ ਦੀ ਮੇਅਰ ਇਲੈਕਸ਼ਨ, ਉਸ ਬੰਦੇ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ। ਐਸੀ ਚੀਜ਼ ਲਈ ਅੱਜ ਅਸੀਂ ਇਕੱਠੇ ਹੋਏ ਸੀ। ਅੱਜ ਸਾਡੀ 6 ਵਜੇ ਜਿਹੜੀ ਹੈ ਕੈਂਡਲ ਮਾਰਚ ਅਰੋਮਾ ਚੱਲੇਗੀ, ਔਰ ਡੇਲੀ ਇੱਥੇ ਜਿਹੜਾ ਸਾਡਾ ਰੀਲੇ ਫਾਸਟ ਹੈ ਇੱਥੇ ਚੱਲਦਾ ਰਹੇਗਾ। 10 ਤਰੀਕ ਤੋਂ ਅਸੀਂ ਰੈਗੂਲਰ ਫਾਸਟ ਇੱਥੇ ਬੈਠ ਜਾਵਾਂਗੇ, ਔਰ ਤਦ ਤੱਕ ਨਹੀਂ ਉੱਠਾਂਗੇ ਜਦ ਤੱਕ ਅਨਿਲ ਮਸੀਹ ਜਿਹੜਾ ਇੱਕ ਐਕਟਰ ਸੀਗਾ, ਪ੍ਰਸਾਈਡਿੰਗ ਆਫਿਸਰ ਹੈ, ਉਹ ਅੰਦਰ ਨਹੀਂ ਹੁੰਦਾ, ਔਰ ਉਹਦੇ ਪਿੱਛੇ ਦੇ ਜਿਹੜੇ ਲੋਕ ਸਾਨੂੰ ਕਹਿੰਦੇ ਜੀ ਤੁਹਾਡਾ ਮੇਅਰ ਦਾ ਇਲੈਕਸ਼ਨ ਨਹੀਂ ਹੋਇਆ ਇਸ ਕਰਕੇ ਰੌਲਾ ਪਾ ਰਹੇ ਹੋ, ਅਸੀਂ ਇਸ ਲਈ ਰੌਲਾ ਨਹੀਂ ਪਾ ਰਹੇ। ਅਸੀਂ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਲਈ ਰੌਲਾ ਪਾ ਰਹੇ, ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਤਾਂ ਤੁਸੀਂ ਸਾਰਿਆਂ ਨੂੰ ਘਰਾਂ 'ਚ ਬੈਠੇ ਲੋਕਾਂ ਨੂੰ ਸਾਡਾ ਸਾਥ ਦੇਣਾ ਪਏਗਾ। ਅੱਜ ਦੀ ਜਿਹੜੀ ਸਾਡੀ ਕੈਂਡਲ ਮਾਰਚ ਹੈ ਉਸ 'ਚ ਵੀ ਪਾਰਟੀਸਪੇਟ ਕਰੋ, ਔਰ ਇੱਥੇ ਜਿਹੜਾ ਧਰਨਾ ਦਿੱਲੀ ਲੱਗਦਾ ਹੈ ਚੰਡੀਗੜ੍ਹ ਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਥੇ ਪਹੁੰਚਣ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ, ਕਿਉਂਕਿ ਇਹ ਸਾਨੂੰ ਵਾਰ ਵਾਰ ਇੱਥੋਂ ਚੱਕ ਦਿੰਦੇ, ਪਰ ਅੱਜ ਪਹਿਲਾ ਦਿਨ ਹੈ, ਮੈਂ ਕਹਿੰਦਾ ਵੀ ਸੁਪਰੀਮ ਕੋਰਟ ਤੋਂ ਬਾਅਦ ਇਹ ਪਹਿਲਾ ਦਿਨ ਹੈ ਕਿ ਸਾਨੂੰ ਇੱਥੇ ਇਹਨਾਂ ਨੇ ਕੁਝ ਕੰਮ ਕਰਨ ਦਿੱਤਾ, ਔਰ ਤੁਹਾਡੇ ਸਾਰਿਆਂ ਨੂੰ ਧੰਨਵਾਦੀ ਹਾਂ, ਕਿਉਂਕਿ ਆਮ ਆਦਮੀ ਪਾਰਟੀ ਦੇ ਧਰਨਿਆਂ 'ਚੋਂ ਨਿਕਲੀ ਪਾਰਟੀ, ਅਸੀਂ ਧਰਨਾ ਸਾਈਡ 'ਤੇ ਆਪਣੀ ਪੀ ਸੀ ਰੱਖਤੀ ਅਤੇ ਤੁਸੀਂ ਸਾਰੇ ਇੱਥੇ ਪਹੁੰਚੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।